ਇਸ ਵਕਤ ਅਸੀਂ ਮੌਜੂਦਾ ਖੁੱਡਾ ਦੇ ਰੇਲਵੇ ਫਾਟਕ ਤੁਸੀਂ ਦੇਖ ਸਕਦੇ ਹੋ ਕਿ ਸੀ 71 E2 ਦੇ ਨਜ਼ਦੀਕ ਜਿੱਥੇ ਕਿ ਅਫਵਾਹ ਫੈਲੀ ਸੀ ਕਿ ਇੱਕ ਬਲਾਸਟ ਹੋਇਆ ਪਰ ਅਸਲੀ ਰਿਅਲਿਟੀ ਕੀ ਹੈ ਉਹ ਤੁਹਾਨੂੰ ਚੈੱਕ ਕਰਾ ਦਾਂਗੇ ਕਿ ਇਸ ਜਗ੍ਹਾ ਤੇ ਜਿਹੜੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇਣ ਇੱਕ ਵਾਰ ਜਿਸ ਜਗ੍ਹਾ ਤੇ ਇੱਟਾਂ ਰੱਖੀਆਂ ਹੋਈਆਂ ਇਸ ਜਗ੍ਹਾ ਤੇ ਇੱਕ ਪੋਟਾਸ਼ ਆਪਾਂ ਕਹਿ ਸਕਦੇ ਹਾਂ ਪੋਟਾਸ਼ੀਅਮ ਉਸ ਰੱਖਿਆ ਗਿਆ ਸੀਗਾ ਤੇ ਇੱਕ ਵਿਅਕਤੀ ਵੱਲੋਂ ਜਿਹੜਾ ਲਾਈਨਮੈਨ ਹੈ ਉਹਦੇ ਵੱਲੋਂ ਫਾਟਕ ਦੇ ਉੱਤੇ ਜਿਹੜਾ ਹੈ ਇਸ ਤੇ ਕਿਤੇ ਪੈਰ ਲੱਗਨ ਕਰਕੇ ਇੱਕ ਬਲਾਸਟ ਛੋਟਾ ਜਿਹਾ ਹੁੰਦਾ ਹੈ ਤੇ ਉਸ ਵਿੱਚ ਉਸ ਤੇ ਲੱਤ ਤੇ ਜਿਹੜਾ ਮਾਮੂਲੀ ਜ਼ਖਮੀ ਹੋਏ ਸੀਗੇ ਤੇ ਜ਼ਖਮੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਕਿਸੇ ਨਿੱਜੀ ਹਸਪਤਾਲ ਵਿੱਚ ਪਰ ਹਜੇ ਜਿਹੜਾ ਇਹ ਮਾਮਲਾ ਜਾਂਚ ਅਧੀਨ ਆ ਔਰ ਇਸ ਵਕਤ ਜੋ ਆਪਣੇ ਡੀਐਸਪੀ ਹੈ ਉਹ ਵੀ ਇੱਥੇ ਸਾਰਾ ਸਟਾਫ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਾਣਾਂਗੇ ਕਿ ਪੂਰਾ ਕੀ ਮਾਮਲਾ ਹੈਗਾ ਅਖਰ ਕਿ ਜਿਸ ਤਰ੍ਹਾਂ ਇਲਾਕੇ ਵਿੱਚ ਇੱਕ ਸਨਸਨੀ ਫੈਲ ਗਈ ਸੀ ਕਿ ਇੱਕ ਬਲਾਸਟ ਜਿਹੜਾ ਖੁੱਡਾ ਨਜ਼ਦੀਕ ਹੋਇਆ ਉਹ ਕੀ ਹੈ ਪੂਰਾ ਮਾਮਲਾ ਇਸੇ ਵਿਸ਼ੇ ਤੇ ਸਾਡੇ ਨਾਲ ਡੀਐਸਪੀ ਤੇਜਪਾਲ ਸਿੰਘ ਜੀ ਮੌਜੂਦ ਨੇ ਸਰ ਕੀ ਹੋਇਆ ਪੂਰਾ ਮਾਮਲਾ ਜਿਸ ਤਰ੍ਹਾਂ ਅਫਵਾਹ ਉਹ ਡੀਏਕ ਬਲਾਸਟ ਹੋਣ ਦੀ ਘਟਨਾ ਤੇ ਸਾਰੇ ਇਲਾਕੇ ਸੰਸਨੀ ਫੈਲ ਗਈ ਹੈ ਕੀ ਇਹ ਪੂਰੀ ਜਾਣਕਾਰੀ ਦੱਸੋ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਟਾਂਡੇ ਨੇੜੇ ਸੀ 71 ਫਾਰਟ ਤੇ ਕੋਈ ਬਲਾਸਟ ਹੋਇਆ ਸੀ ਮੌਕੇ ਤੇ ਪੁੱਜੇ ਆ ਆ ਕੇ ਦੇਖਿਆ ਕਿ ਕੋਈ ਕਿਸੇ ਜਿਵੇਂ ਕਿਸਾਨ ਨੇ ਕੋਈ ਜਾਨਵਰ ਵਗੈਰਾ ਭਜਾਉਣ ਲਈ ਕੋ ਪਟਾਚ ਰਾ ਪਟਾਕਾ ਵਾ ਰੱਖਿਆ ਹੁੰਦਾ ਉਹ ਛੋਟਾ ਜਿਹਾ ਬਲਾਸਟ ਹੋਇਆ ਸੀ ਟਾਕਾ ਸੀ ਕੋਈ ਬੰਬ ਬਲਾਸਟ ਨਹੀਂ ਹੈ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਦੇਖੇਗੀ ਕਿ ਕਿਹੜਾ ਕੀ ਯੂਜ਼ ਹੋਇਆ ਹੈ ਇੱਥੇ ਜਿਹੜਾ ਗੇਟਮੈਨ ਆ ਥੋੜਾ ਇੰਜੂਰ ਹੋਇਆ ਹੈ ਉਹਦੇ ਪੈਰ ਤੇ ਸਵੈਲਿੰਗ ਹੈ ਬਾਕੀ ਸੇਫ ਸਰ ਉਸ ਤੋਂ ਇਲਾਵਾ ਕੋਈ ਹੋਰ ਤੇਰੀ ਘਟਨਾ ਤੇ ਨਹੀਂ ਵਾਪਰੀ ਹੈ ਕਿ ਜਿਹੜਾ ਵਿਅਕਤੀ ਜ਼ਖਮੀ ਹੋਇਆ ਉਹਦੀ ਕਿਸ ਤਰ੍ਹਾਂ ਹਾਲਾਤ ਨੇ ਤੇ ਕਿੱਥੇ ਨੇ ਸਿਕਤੋ ਉਹ ਹਸਪਤਲ ਪਰੇ ਹਸਪੀਟਲ ਦਾਖਲ ਨੇ ਪੈਰ ਤੇ ਸਵੈਲਿੰਗ ਹੈ ਆਊਟ ਆਫ ਡੇਂਜਰ ਨੇ ਨੋਰਮਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਅਫਵਾਹ ਉੱਡੀ ਸੀ ਕਿ ਖੁੱਡਾ ਨਜ਼ਦੀਕ ਰੇਲਵੇ ਫਾਟਕ ਦੇ ਉੱਤੇ ਇੱਕ ਬਲਾਸਟ ਹੋਇਆ ਪਰ ਸਾਡੇ ਨਾਲ ਡੀਐਸਪੀ ਸਾਹਿਬ ਵੀ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਇੱਕ ਨੋਰਮਲ ਛੋਟੀ ਜੀ ਘਟਨਾ ਸੀਗੀ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਪੋਟਾਸ਼ ਲਗਾਇਆ ਸੀ ਉਸ ਵਿੱਚ ਇੱਕ ਛੋਟੀ ਇੱਕ ਮਾਈਨਰ ਹੋਈ ਹੈ ਤੇ ਅਫਵਾਹਾਂ ਤੋਂ ਬਚਣ ਦੀ ਉਹਨਾਂ ਨੇ ਸਲਾਹ ਦਿੱਤੀ ਕਿ ਕਿਸੇ ਤਰ੍ਹਾਂ ਦਾ ਵੀ ਪੈਨਿਕ ਜਿਹੜਾ ਕ੍ਰੀਏਟ ਨਾ ਹੋਵੇ ਇਸ ਵਕਤ ਅਸੀਂ ਮੌਜੂਦਾਂ ਖੁੱਡਾ ਦੇ रेलवे फाटक ਤੁਸੀਂ ਦੇਖ ਸਕਦੇ ਹੋ ਕਿ ਸੀ 71 ई 2 ਦੇ ਨਜ਼ਦੀਕ ਜਿੱਥੇ ਕੀ ਅਫਵਾਹ ਫੈਲੀ ਸੀ ਕਿ ਇੱਕ ਬਲਾਸਟ ਹੋਇਆ ਪਰ ਅਸਲੀ ਰਿਅਲਿਟੀ ਕੀ ਹੈ ਉਹ ਤੁਹਾਨੂੰ ਚੈੱਕ ਕਰਾ ਦਾਂਗੇ ਕਿ ਇਸ ਜਗ੍ਹਾ ਤੇ ਜਿਹੜੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇਣ ਇੱਕ ਵਾਰ ਜਿਸ ਜਗ੍ਹਾ ਤੇ ਇੱਟਾਂ ਰੱਖੀਆਂ ਹੋਈਆਂ ਐ ਇਸ ਜਗ੍ਹਾ ਤੇ ਇੱਕ ਪੋਟਾਸ਼ ਆਪਾਂ ਕਹਿ ਸਕਦੇ ਹਾਂ ਪੋਟਾਸ਼ੀਨਿਅਮ ਉਸ ਰੱਖਿਆ ਗਿਆ ਸੀਗਾ ਤੇ ਇੱਕ ਵਿਅਕਤੀ ਵੱਲੋਂ ਜਿਹੜਾ ਲਾਈਨਮੈਨ ਆ ਉਹਦੇ ਵੱਲੋਂ ਫਾਟਕ ਦੇ ਉੱਤੇ ਜਿਹੜਾ ਆ ਇਸ ਤੇ ਕਿਤੇ ਪੈਰ ਲੱਗਨ ਕਰਕੇ ਇੱਕ ਬਲਾਸਟ ਛੋਟਾ ਜਿਹਾ ਹੁੰਦਾ ਹੈ ਤੇ ਉਸ ਵਿੱਚ ਉਸ ਤੇ ਲੱਤ ਤੇ ਜਿਹੜਾ ਇਹ ਮਾਮੂਲੀ ਜ਼ਖਮੀ ਹੋਏ ਸੀਗੇ ਤੇ ਜ਼ਖਮੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਕਿਸੇ ਨਿੱਜੀ ਹਸਪਤਾਲ ਵਿੱਚ ਪਰ ਹਜੇ ਇਹ ਰਾਇਆ ਮਾਮਲਾ ਜਾਂਚ ਅਧੀਨ ਆ ਔਰ ਇਸ ਵਕਤ ਜੋ ਆਪਣੇ ਡੀਐਸਪੀ ਹੈ ਉਹ ਵੀ ਇੱਥੇ ਸਾਰਾ ਸਟਾਫ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਾਣਾਂਗੇ ਕਿ ਪੂਰਾ ਕੀ ਮਾਮਲਾ ਹੈਗਾ ਅਖਰ ਕਿ ਜਿਸ ਤਰ੍ਹਾਂ ਇਲਾਕੇ ਵਿੱਚ ਇੱਕ ਸਨਸਨੀ ਫੈਲ ਗਈ ਸੀ ਕਿ ਇੱਕ ਬਲਾਸਟ ਜਿਹੜਾ ਖੁੱਡਾ ਨਜ਼ਦੀਕ ਹੋਇਆ ਉਹ ਕੀ ਹੈ ਪੂਰਾ ਮਾਮਲਾ ਇਸੇ ਵਿਸ਼ੇ ਤੇ ਸਾਡੇ ਨਾਲ ਡੀਐਸਪੀ ਤੇਜਪਾਲ ਸਿੰਘ ਜੀ ਮੌਜੂਦ ਨੇ ਸਰ ਕੀ ਹੋਇਆ ਪੂਰਾ ਮਾਮਲਾ ਜਿਸ ਤਰ੍ਹਾਂ ਅਫਵਾਹ ਉਡੀਏ ਕਿ ਬਲਾਸਟ ਹੋndi ਘਟਨਾ ਤੇ ਸਾਰੇ ਇਲਾਕੇ ਸੰਸਨੀ ਫੈਲ ਗਈ ਹੈ ਕੀ ਇਹ ਪੂਰੀ ਜਾਣਕਾਰੀ ਦੱਸੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਟਾਂਡੇ ਨੇੜੇ ਸੀ 71 ਫਾਟਕ ਤੇ ਕੋਈ ਬਲਾਸਟ ਹੋਇਆ ਸੀ ਮੌਕੇ ਤੇ ਪੁੱਜੇ ਆ ਆ ਕੇ ਦੇਖਿਆ ਹੈ ਕਿ ਕੋਈ ਕਿਸੇ ਜਿਵੇਂ ਕਿਸਾਨ ਨੇ ਕੋਈ ਜਾਨਵਰ ਵਗੈਰਾ ਭਜਾਉਣ ਲਈ ਕੋਈ ਪਟਾਚ ਰਿਹਾ ਪਟਾਕਾ ਵਾ ਰੱਖਿਆ ਹੁੰਦਾ ਉਹ ਛੋਟਾ ਜਿਹਾ ਬਲਾਸਟ ਹੋਇਆ ਸੀ ਪਟਾਕਾ ਸੀ ਕੋਈ ਬੰਬ ਬਲਾਸ ਨਹੀਂ ਹੈ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਦੇਖੇਗੀ ਕਿ ਕਿਹੜਾ ਕੀ ਯੂਜ਼ ਹੋਇਆ ਹੈ ਇੱਥੇ ਜਿਹੜਾ ਗੇਟਮੈਨ ਆ ਥੋੜਾ ਇੰਜੂਰ ਹੋਇਆ ਉਹਦੇ ਪੈਰ ਤੇ ਸਵੇਲਿੰਗ ਹੈ ਬਾਕੀ ਸੇਫ ਸਰ ਉਸ ਤੋਂ ਇਲਾਵਾ ਕੋਈ ਹੋਰ ਤਰੀ ਘਟਨਾ ਤੇ ਨਹੀਂ ਵਾਪਰੀਆ ਕਿ ਜਿਹੜਾ ਵਿਅਕਤੀ ਜ਼ਖਮੀ ਹੋਇਆ ਉਹਦੀ ਕਿਸ ਤਰ੍ਹਾਂ ਹਾਲਾਤ ਨੇ ਤੇ ਕਿੱਥੇ ਨੇ ਇਸ ਵਕਤ ਉਹ ਹਸਪਤਲ ਤੇ ਪਹੁੰਚ ਹਸਪੀਟਲ ਦਾਖਲ ਨੇ ਪੈਰ ਤੇ ਸਵੇਲਿੰਗ ਹੈ ਆਊਟ ਆਫ ਡੇਂਜਰ ਨੇ ਨਾਰਮਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਅਫਵਾਹ ਉੱਡੀ ਸੀ ਕਿ ਖੁੱਡਾ ਨਜ਼ਦੀਕ ਰੇਲਵੇ ਫਾਟਕ ਦੇ ਉੱਤੇ ਇੱਕ ਬਲਾਸਟ ਹੋਇਆ ਪਰ ਸਾਡੇ ਨਾਲ ਡੀਐਸਪੀ ਸਾਹਿਬ ਵੀ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਇੱਕ ਨੋਰਮਲ ਛੋਟੀ ਜੀ ਘਟਨਾ ਸਿੱਗੀ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਪੋਟਾਸ਼ ਲਗਾਇਆ ਸੀ ਉਸ ਵਿੱਚ ਇੱਕ ਛੋਟੀ ਇੱਕ ਮਾਈਨਰ ਹੋਈ ਹੈ ਤੇ ਅਫਵਾਹਾਂ ਤੋਂ ਬਚਨ ਦੀ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਪੈਨਿਕ ਜਿਹੜਾ ਕ੍ਰੀਏਟ ਨਾ ਹੋਵੇ ਕੈਮਰਾਮੈਨ ਵਿਨੀ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ